ਟੂ ਪੋਲਿੰਗ ਯਾਨੀ ਕਿ ਜਿਹੜਾ ਉਹ ਦੇਖਣਾ ਹੁੰਦਾ ਵੀ ਵੋਟਾਂ ਠੀਕ ਪੈ ਰਹੀਆਂ। ਮੈਂ ਅੰਦਰੋਂ ਪੋਲਿੰਗ ਚੋਂ ਨਿਕਲਿਆ ਤੇ ਇੱਕ ਫੌਜੀ ਖੜਾ ਸੀ, ਅਸਾਲਟ ਪਾਈ ਹੋਈ ਸੀ ਉਹਦੇ ਇਲੈਕਸ਼ਨ ਦੇ ਵਾਲੇ। ਹਾਂਜੀ, ਇਲੈਕਸ਼ਨ ਵਾਲੇ ਦਿਨ ਦੀ ਸੇਮ ਡੇ ਦੀ ਜਿੱਦਣ ਵੋਟਾਂ ਪਈਆਂ, ਜਿਸ ਦਿਨ ਵੋਟਿੰਗ ਹੋ ਰਹੀ ਸੀ। ਮੈਂ ਬਾਹਰ ਨਿਕਲਿਆ ਕਮਰੇ ਚੋਂ ਤੇ ਮੈਨੂੰ ਪਿੱਛੋਂ ਸਿੱਧਾ ਹੀ ਕਹਿੰਦਾ ਸਿੱਧੂ। ਮੈਂ ਪਿੱਛੇ ਦੇਖਿਆ ਕਿਉਂਕਿ ਮੇਰਾ ਸੁਭਾਅ ਮੈਂ ਸਾਰਿਆਂ ਨੂੰ ਬਾਈ ਕਹਿ ਕੇ ਜਾਂ ਵੀਰਾ ਕਹਿ ਕੇ ਗੱਲ ਕਰਦਾ। ਮੈਂ ਹਾਂ ਯਾਰ ਵੀ ਮੈਂ ਹਾਂਜੀ ਬਾਈ ਜੀ। ਕਹਿੰਦਾ ਚੜ੍ਹਾਈ ਤਾਂ ਤੇਰੀ ਬਹੁਤ ਸੀ ਪਰ ਤੈਨੂੰ ਰਾਸ ਨਹੀਂ ਆਈ। ਮੈਂ ਕੀ ਗੱਲ ਹੋ ਗਈ ਬਾਈ? ਕਹਿੰਦਾ ਤੈਨੂੰ ਵੋਟਾਂ 'ਚ ਖੜਾ ਹੋਣ ਦੀ ਕੀ ਲੋੜ ਸੀ? ਮੈਂ ਬਾਈ ਮੈਂ ਆਪਦੇ ਲੋਕਾਂ ਕਰਕੇ ਖੜਾ ਹੋਇਆ ਯਾਰ। ਕਹਿੰਦਾ ਫਿਰ ਕਾਂਗਰਸ ਪਾਰਟੀ ਕਹਿੰਦਾ ਤੂੰ ਕਾਂਗਰਸ ਚੁਣ ਲਈ ਤੇ ਤੈਨੂੰ ਪਤਾ ਨਹੀਂ ਸੀ ਵੀ ਦਰਬਾਰ ਸਾਹਿਬ 'ਤੇ ਅਟੈਕ ਕਾਂਗਰਸ ਨੇ ਕਰਾਇਆ ਸੀ, ਇੰਦਰਾ ਗਾਂਧੀ ਨੇ ਕਰਾਇਆ ਸੀ। ਮਾਂ ਬਾਈ ਮੈਂ ਕਾਂਗਰਸ ਚੁਣੀ ਹੈ, ਉਹਨਾਂ ਨੇ ਅਟੈਕ ਕਰਾਇਆ ਸੀ। ਪਰ ਮੈਨੂੰ ਇੱਕ ਗੱਲ ਦੱਸ ਮਾਂ ਬਾਈ, ਮੈਂ ਤਾਂ ਐਤਕੀ ਚੁਣੀ ਹੈ, ਤੁਸੀਂ 3 ਵਾਰੀ ਚੁਣ ਲਈ ਇੱਦੋਂ ਪਹਿਲਾਂ। ਪਰ ਨਹੀਂ ਨਹੀਂ ਉਹ ਨਹੀਂ, ਤੁਸੀਂ ਕਿਉਂ ਚੁਣੀ? ਮੈਂ ਚੱਲ ਮੈਂ ਤਾਂ ਚੁਣ ਲਈ, ਮੈਨੂੰ ਇੱਕ ਗੱਲ ਦੱਸ ਅਟੈਕ ਕਰਿਆ ਕਿਹਨੇ ਸੀ? ਆਰਡਰ ਤਾਂ ਚੱਲ ਇੰਦਰਾ ਗਾਂਧੀ ਨੇ ਕਰੇ ਸੀ, ਕਾਂਗਰਸ ਨੇ ਕਰੇ ਸੀ, ਗੋਲੀਆਂ ਕਿਹਨੇ ਚਲਾਈਆਂ ਸੀ ਉੱਥੇ ਜਾ ਕੇ? ਕਹਿੰਦਾ ਆਰਮੀ ਨੇ। ਮਾਂ ਬਾਈ ਫਿਰ ਤੂੰ ਆਰਮੀ ਦੀ ਵਰਦੀ ਕਿਉਂ ਪਾਈ ਹੈ? ਕੋਈ ਸਵਾਲ ਦਾ ਜਵਾਬ। ਕਹਿੰਦਾ ਇਹ ਤਾਂ ਆਰਮੀ ਨੇ ਬੰਦੇ ਭੱਜੇ ਵੀ ਬਹੁਤ ਸੀ। ਮੈਂ ਤੂੰ ਭੱਜਿਆ? ਕਹਿੰਦਾ ਨਹੀਂ। ਮੈਂ ਕਿਹਾ ਚੱਲ ਇੱਕ ਗੱਲ ਹੋਰ ਛੱਡ, ਤੂੰ ਕਹਿੰਦਾ ਵੀ ਮੈਂ ਗਲਤੀ ਕੀਤੀ? ਕਹਿੰਦਾ ਹਾਂ। ਮੈਂ ਕਿਹਾ ਮੈਂ ਰਿਜ਼ਾਈਨ ਦਿੰਦਾ ਹੁਣੇ। ਮੈਂ ਤੂੰ ਲਾ ਵਰਦੀ, ਤੂੰ ਸਸਪੈਂਸ਼ਨ ਲੈਟਰ ਲਿਖ, ਤੂੰ ਮੈਨੂੰ ਸਸਪੈਂਡ ਕਰ ਦਿਓ ਜੀ। ਤੂੰ ਉਹੀ 30 ਸਾਲ ਵਾਲੀ ਪੁਰਾਣੀ ਕਾਂਗਰਸ ਕਰਕੇ ਮੈਨੂੰ ਗੱਦਾਰ ਕਹਿ ਰਿਹਾ ਤੇ ਮੈਂ ਤੈਨੂੰ 30 ਸਾਲ ਵਾਲੀ ਆਰਮੀ ਕਰਕੇ ਤੈਨੂੰ ਕਹਿੰਦਾ ਵੀ ਤੂੰ ਵਰਦੀ ਲਾ, ਤੂੰ ਵੀ ਗੱਦਾਰ ਹੈ? ਕੋਈ ਜਵਾਬ ਨਹੀਂ ਆਇਆ। ਮਾਂ ਬਾਈ ਕਹਿਣਾ ਬਹੁਤ ਸੌਖਾ ਹੁੰਦਾ ਗੱਲਾਂ ਦੇ, ਜਦੋਂ ਤੁਸੀਂ ਆਪਦੇ 'ਤੇ ਜਵਾਬ ਲੈ ਕੇ ਆਉਂਗੇ ਨਾ ਤਾਂ ਤੁਹਾਨੂੰ ਐਂ ਲੱਗੂਗਾ ਵੀ ਯਾਰ ਨਹੀਂ, ਚੁੱਪ ਕਰਕੇ ਖੜ ਗਿਆ ਨਾ, ਨੀਵੀਂ ਪਾ ਲਈ। ਮਾਂ ਵੱਡੇ ਭਾਈ ਮੈਂ ਮੰਨਦਾ ਪਰ ਸਾਰੀਆਂ ਚੀਜ਼ਾਂ ਐਂ ਨਹੀਂ ਹੁੰਦੀਆਂ ਹੁੰਦੀਆਂ, ਹੈ ਨਾ? ਜੇ ਕਿਸੇ ਨੂੰ ਤੁਸੀਂ ਕੋਈ ਚੀਜ਼ ਸਮਝੋ ਨਾ ਤਾਂ ਆਪਦੇ 'ਤੇ ਲਾ ਕੇ ਦੇਖੋ ਕਿ ਅਸੀਂ ਸਹੀ ਹਾਂ, ਅਸੀਂ ਦੂਜੇ ਤੋਂ ਗਲਤਾਂ ਚੱਕੀਏ। ਅੱਛਾ, ਐਜ਼ ਏ ਕਲਾਕਾਰ